ਤੇ ਪੰਜਾਬ ਸਰਕਾਰ ਦੂਰ ਅੰਦੇਸ਼ੀ ਅਤੇ ਘਰ ਘਰ ਰੋਜ਼ਗਾਰ ਦੇਣ ਦੀ ਮੁਹਿੰਮ ਤਹਿਤ ਮਾਨਸਾ ਵਿੱਚ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰੀ ਬਿਊਰੋ ਦਫ਼ਤਰ ਦੀ ਨਵੀਂ ਇਮਾਰਤ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਕੀਤਾ ਗਿਆ। ਇਸ ਮੌਕੇ ਘਰ ਘਰ ਰੋਜ਼ਗਾਰ ਯੋਜਨਾ ਲਈ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਇਹ ਕੇਂਦਰ ਖੋਲ੍ਹੇ ਗਏ ਹਨ ਤੇ ਇੱਕ ਛੱਤ ਦੇ ਹੇਠਾਂ ਹੀ ਰੁਜ਼ਗਾਰ ਲੈਣ ਵਾਲੇ ਨੌਜਵਾਨਾਂ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਯੋਗਤਾ ਅਨੁਸਾਰ ਨੌਜਵਾਨ ਨੌਕਰੀ ਲਈ ਖੁਦ ਨੂੰ ਰਜਿਸਟਰਡ ਕਰਵਾ ਕੇ ਨੌਕਰੀ ਹਾਸਲ ਕਰ ਸਕਦੇ ਹਨ। ਅੱਜ ਪੂਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਡ ਇੰਟਰਪ੍ਰਾਈਜ਼ ਦਾ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਉਦਘਾਟਨ ਹੋਇਆ ਹੈ। ਮਾਨਸਾ ਦੇ ਵਿੱਚ ਜੋ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈ ਉਹਦੇ ਵਿੱਚ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਡ ਇੰਟਰਪ੍ਰਾਈਜ਼ ਅੱਜ ਤੋਂ ਉਹਦੀ ਸ਼ੁਰੂਆਤ ਹੋ ਰਹੀ ਹੈ। ਇਹਦੇ ਵਿੱਚ ਇੱਕ ਛੱਤ ਦੇ ਥੱਲੇ ਵੱਖਰੀਆਂ ਵੱਖਰੀਆਂ ਕੰਪਨੀਆਂ ਦੀ ਜੋ ਇੰਪਲੋਇਮੈਂਟ ਅਪੋਰਚੁਨਿਟੀਜ਼ ਜੋ ਵੈਕੈਂਸੀਜ਼ ਹੈ ਉਹ ਅਤੇ ਨਾਲ ਹੀ ਨਾਲ ਸਵੈ ਰੋਜ਼ਗਾਰ ਦੇ ਜੋ ਮੌਕੇ ਨੇ ਉਹਨਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਏਗੀ। ਕੈਂਡੀਡੇਟਸ ਜੋ ਵੀ ਇੱਛੁਕ ਨੇ ਇੰਪਲੋਇਮੈਂਟ ਲੈਣ ਦੇ, ਰੋਜ਼ਗਾਰ ਲੈਣ ਦੇ, ਉਹ ਇੱਥੇ ਆ ਕੇ ਇਸ ਬਾਰੇ ਜਾਣਕਾਰੀ ਲੈ ਸਕਦੇ ਨੇ, ਇੱਥੇ ਆ ਕੇ ਰਜਿਸਟਰ ਕਰਵਾ ਸਕਦੇ ਨੇ, ਟ੍ਰੇਨਿੰਗ ਦੇ ਸਕਦੇ ਨੇ, ਕਾਉਂਸਲਿੰਗ ਲੈ ਸਕਦੇ ਨੇ। ਇੱਥੇ ਸਾਡਾ ਸਟਾਫ ਮੰਡੇ ਟੂ ਫਰਾਈਡੇ 10 to 6 ਇਸ ਕੰਮ ਦੇ ਲਈ ਬੱਚਿਆਂ ਦੀ ਗਾਈਡੈਂਸ ਕਰੇਗਾ, ਇੰਟਰਵਿਊਜ਼ ਹੋਣਗੀਆਂ ਅਤੇ ਨਾਲ ਹੀ ਕਾਉਂਸਲਿੰਗ ਦਿੱਤੀ ਜਾਏਗੀ। ਸੋ ਇਹ ਇੱਕ ਬਹੁਤ ਅੱਛਾ ਉਪਰਾਲਾ ਹੈ ਸਰਕਾਰ ਦਾ, ਬੱਚਿਆਂ ਨੂੰ ਇੱਕ ਦਿਸ਼ਾ ਨਿਰਦੇਸ਼ ਦੇਣ ਦਾ ਜੋ ਕਿ ਉਹ ਆਪਣਾ ਜੋ ਵੀ ਕਰੀਅਰ ਚੂਜ਼ ਕਰਨਾ ਚਾਹੁੰਦੇ ਨੇ ਉਹਦੇ ਲਈ ਉਹਨਾਂ ਨੂੰ ਹੈਲਪ ਮਿਲੇਗੀ। ਵੱਖਰੀ ਵੱਖਰੀ ਕੁਆਲੀਫਿਕੇਸ਼ਨਸ ਦੇ ਬੱਚੇ ਆ ਸਕਦੇ ਨੇ, 10ਵੀਂ ਵਾਲੇ ਵੀ ਆ ਸਕਦੇ ਨੇ ਜਿਨ੍ਹਾਂ ਨੇ 12th ਕੀਤੀ ਹੈ, ਇਸ ਤੋਂ ਹਾਇਰ ਵੀ ਕੀਤੀ, ਉਹਨਾਂ ਨੂੰ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਮੁਤਾਬਿਕ ਜੋ ਵੈਕੈਂਸੀਆਂ ਜੋ ਰੋਜ਼ਗਾਰ ਹੈ ਉਹ ਮੁਹੱਈਆ ਕਰਾਇਆ।